ਬਾਬਿਓ ਕਣਕ 29-67 ਬੀਨਾ ਗਵਾਇਓ ਜਿਹਦਾ ਸਮਾਨ ਪਾਇਆ ਟਾਇਰ ਚ ਵੀਰ ਜੀ ਤੁਸੀਂ ਉਹਨੂੰ ਪਰਵਾਹ ਕੋਈ ਨੀ ਆ ਉਹ ਤੇ ਇੱਕ ਹਿਸਾਬ ਦਾ ਕਾਲੀ ਨਾਗਣੀ ਤੇ ਜਾਣ ਉਹਨੂੰ ਪਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਹਾਂਜੀ ਨਵੇਂ ਵਲੋਗ ਦੇ ਵਿੱਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਵੀਡੀਓ ਲਾਜ਼ਮੀ ਸਾਰੀ ਵੇਖਿਓ ਅੱਜ ਵਧਾਉਣ ਲੱਗੇ ਹਾਂ 222 ਅਤੇ 29-67 ਇਹਦਾ ਤੁਹਾਨੂੰ ਝਾੜ ਦੱਸਾਂਗੇ ਕੰਡੇ 'ਤੇ ਚਾੜ ਕੇ ਪੂਰੀ ਦੱਸਾਂਗੇ ਵੀ ਕਿੰਨੀ ਕਣਕ ਨਿਕਲੀ ਆ ਅਤੇ ਲਗਭਗ 6.25 ਕਿੱਲੇ ਆਪਾਂ ਵੱਢਣੇ ਹਾਂ ਅਤੇ ਆ ਜਾਓ ਫਿਰ ਕਰਦੇ ਹਾਂ ਚਾਲੂ ਵਢਾਈ ਅਤੇ ਵੀਡੀਓ ਸਾਰੀ ਵੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਹੁਣ ਵੱਢਣ ਡੇ ਹਾਂ ਆਪਣੀ ਕਣਕ ਆ 16 ਫੁੱਟ ਦੀ ਟਰਾਲੀ ਆ ਅਤੇ 6.25 ਕਿੱਲੇ ਆ ਵੇਖੋ ਕੀ ਗੱਲ ਝਾੜ ਆਉਂਦਾ ਕੀ ਨਹੀਂ ਵੀ ਆ ਇੱਥੇ 222 725 ਅਤੇ 29-67 29-67 ਦਾ ਨੌਕਰਾਲਾ ਥਾਂ ਵਾ ਬਾਕੀ 725 ਦੇ ਆ 2 ਕਿੱਲੇ ਅਤੇ 2.5 ਕੁ ਪਿਆਲੀਆਂ ਜਿਹੜੀਆਂ ਵਾ ਉਹ 222 ਦੀਆਂ ਆਪਣੇ ਨਾਲ ਆ ਫੋਰਮੈਨ ਬਾਹੂ ਠੀਕ ਹੈ ਬਾਹੂ ਹੁਣ ਤੂੰ ਦੱਸ ਵੀ ਹੁਣ ਲਾ ਲਾ ਮਸ਼ੀਨ ਕਿੰਨਾ ਚਿਰ ਹੋ ਗਿਆ ਤੈਨੂੰ ਚਲਾਉਂਦੇ ਨੇ ਇਹਨਾਂ ਨੂੰ ਮੈਨੂੰ ਹੋ ਗਿਆ ਜੀ 12-13 ਸਾਲ ਚੱਲੇ ਆ 12-13 ਸਾਲ ਆ ਹੁਣ 5.5 ਕਿਨਾਲਾ ਥਾਂ ਵੱਢਿਆ 6 ਤੇ ਡਿੱਗੀ ਟੈਂਕ ਪੂਰਾ ਭਰ ਕੇ ਨਿਕਲਿਆ ਵਾ ਹੁਣ ਮਸ਼ੀਨ ਲੱਗੀ ਆ 2 ਕਿੱਲਿਆਂ ਦੇ ਵੱਢੇ ਇਹ 1 29-67 ਦਾ ਵਾ 1 725 ਦਾ ਵਾ ਇਹ ਮਿਕਸ ਹੋ ਜਾਣੀ ਇੱਕ ਹਿਸਾਬ ਦੀ ਹੁਣ ਵੇਖੋ ਇਹਦੀ ਕੀ ਰਿਪੋਰਟ ਆਉਂਦੀ ਆ ਅਤੇ ਜਾ ਕੇ ਕੰਡਾ ਕਰਾਵਾਂਗੇ ਪਰਚੀ ਦਿਖਾਵਾਂਗੇ ਤੁਹਾਨੂੰ ਵੀ ਕੀ ਨਿਕਲਿਆ ਕੀ ਨਹੀਂ ਨਿਕਲਿਆ ਵੀਡੀਓ ਪੂਰੀਆਂ ਵੇਖਿਆ ਕਰੋ ਜਿਹੜਾ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਹੁਣ ਡੇਲੀ ਵੀਡੀਓ ਆਉਣਗੀਆਂ 100 ਡੇਜ਼ ਦਾ ਚੈਲੰਜ ਆ ਅਤੇ ਅੱਜ 3ਰਾ ਦਿਨ ਆ 3ਰੀ ਵੀਡੀਓ ਪੈਣੀ ਅੱਜ ਲਓ ਵੀ ਆ 3ਰੀ ਡਿੱਗੀ ਪੈਣ ਲੱਗੀ ਜੀ ਆਹ ਤੇ ਡਿੱਗੀਆਂ ਕਿਹੜਾਂਗੇ ਕਿੰਨੀਆਂ ਮੈਨੀਆਂ ਕਿੱਧਰ ਲਾਵਾਂ ਐਨ ਲਾਵਾਂ ਸੌਖੀ ਚੱਲਣ ਦੀ ਔਖੀ ਭਾਜੀ ਤੁਹਾਡਾ ਨਾਲ ਥੱਲੇ ਛਿੱਲਾ ਵਾ ਅੱਗੇ ਹਰਿਆ ਵਾ
ਕਿਉਂ ਮੰਤਰੀ ਜੀ ਠੀਕ ਆ ਗੱਲ ਠੀਕ ਆ ਨਾ ਤੇ ਆਪਣੀ ਗਰੰਟੀ ਆ ਦਾਣਾ ਨਹੀਂ ਹੋਣਾ ਛਿੱਟੇ ਚਮਣੀ ਦੇ ਥੱਲੇ ਨਹੀਂ ਕਿਤੇ ਨਹੀਂ ਆਉਂਦਾ ਹਣਾ ਸਹੀ ਗੱਲ ਆ ਨਾ ਸਹੀ ਸਹੀ ਹੈਲੋ ਠੀਕ ਆ ਮੈਂ ਉਹ ਕੀ ਆਂਦਾ ਰੀਪਰ ਦਾ ਬਾਬਿਓ ਕਣਕ 2967 ਬੀਜਾਂ ਗਵਾਇਓ ਕਮ ਸੇ ਕਮ ਕਿੱਲਾ 2 ਕਿੱਲੇ ਜ਼ਰੂਰ ਬੀਜਿਆ ਕਰੋ ਹਾਂਜੀ ਜੇ ਡਿੱਗ ਵੀ ਪਵੇ ਨਾ ਤਾਂ ਵੀ ਦੂਜੀ ਕਣਕ ਨੂੰ ਕੁਆਂਟਲ ਵੱਧ ਨਿਕਲ ਆਉਂਦੀ ਆ ਬਸ ਪੀਲੀ ਕੁੰਗੀਰੀ ਸਪਰੇ ਕਰਨੀ ਪੈਣੀ ਤੁਹਾਨੂੰ ਉਹ ਕਰੋ ਤੇ ਬੀਜ ਸਾਂਭ ਕੇ ਰੱਖੋ ਬੀਜ ਨਾ ਜਿਹੜਾ ਸਮਾਨ ਪਾਇਆ ਟਾਇਰ ਚ ਵੀਰ ਜੀ ਤੁਸੀਂ ਉਹਨੂੰ ਪਰਵਾਹ ਕੋਈ ਨੀ ਆ ਉਹ ਤੇ ਇੱਕ ਹਿਸਾਬ ਦਾ ਕਾਲੀ ਨਾਗਣੀ ਤੇ ਹੀ ਆ ਕਾਲੀ ਨਾਗਣੀ ਖਾਧੀ ਉਹਨੇ ਕਿ ਹਨਾ ਉੱਤੇ ਹੀ ਆ ਹੈਗੀ ਸਮਾਨ ਤੇ ਹੈਗੀ ਠੀਕ ਆ ਹਾਂਜੀ ਬਾਬੇ ਵੀਡੀਓ ਲੰਬੀ ਹੋਣ ਦਾ ਕਰਕੇ ਪਾਏ ਨੇ ਪਾਰਟ ਦੂਜਾ ਜਿਹੜਾ ਆ ਉਹ ਚੈਨਲ 'ਤੇ ਪਿਆ ਆ ਉਹ ਵੀ ਵੇਖ ਲਿਓ ਪਾਰਟ 2 ਵੇਖ ਲਿਓ ਵੀਡੀਓ ਲੰਬੀ ਹੋਣ ਦਾ ਕਰਕੇ ਵੀਡੀਓ ਜਿਹੜੀ ਆ 2 ਹਿੱਸਿਆਂ 'ਚ ਬਣਤੀ ਮੈਨੂੰ ਨੀ ਪਤਾ ਬਹੁ ਮੇਰੇ ਹਰੇ ਵੀ ਕੱਢੋ ਮੈਨੂੰ ਨੀ ਪਤਾ ਹਰੇ ਤੇ ਫਿਰ ਹੁਣ ਆ ਗਏ ਉਹ ਮਲਕੀਤ ਵਾਲੇ ਕੱਢਣਗੇ ਉਹ ਸਮਾਨ ਪਾਉਣਗੇ ਚ ਕੱਢਣ ਵਾਲੇ